ਬਹੁਤ ਧੰਨਵਾਦ ਧਾਰੀ ਬਿਹਾਰੀਪੁਰ ਦਾ। ਇਸ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਗੁਰਦੇਵ ਸਿੰਘ ਕਾਲਾ ਸਿੰਘਿਆ ਤੋਂ, ਜੋ ਕਿ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ ਜੀ। ਧੰਨਵਾਦ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿ ਜੰਗਲਾਂ ਦਾ ਰਾਜਾ ਕਦੇ ਰਾਜ ਨਹੀਂ ਉਹ ਛੱਡਦਾ, ਸ਼ੇਰ ਹੋ ਜੇ ਜ਼ਖਮੀ ਦਹਾੜ ਨਹੀਂ ਉਹ ਛੱਡਦਾ। ਕਿ ਚੁੱਪ ਬੈਠੇ ਆ ਚੁੱਪ, ਡਰੇ ਨਾ ਸਮਝ ਲਿਓ, ਸਾਡਾ ਆਉਣ ਵਾਲਾ ਦਿਨ ਹਰ ਖਾਸ ਹੋਊਗਾ। ਝੂਲਣਗੇ ਕੇਸਰੀ ਨਿਸ਼ਾਨਬਾਜ਼ਾਂ ਵਾਲੇ ਦੇ, ਪੂਰੀ ਦੁਨੀਆ ਤੇ ਖਾਲਸਾ ਰਾਜ ਹੋਊਗਾ, ਪੂਰੀ ਦੁਨੀਆ ਤੇ ਖਾਲਸਾ ਰਾਜ ਹੋਊਗਾ। ਕਿ ਸੱਚ ਨਾਲ ਖੜਦੇ ਆ, ਅਣਖਾਂ ਲਈ ਲੜਦੇ ਆ, ਮੌਤ ਦੇ ਵਪਾਰੀ ਕਦੇ ਮੌਤ ਤੋਂ ਨਾ ਡਰਦੇ ਆ। ਗੁਰੂ ਘਰੋਂ ਤੁਰੀ ਦਾ ਲੈ ਕੇ ਥਾਪੜਾ, ਮੱਥਾ ਨਾ ਝੁਕਾਇਆ ਕਦੇ ਦਰ ਦਰ ਤੇ। ਕਿ ਉਹਨਾਂ ਯੋਧਿਆਂ ਦੇ ਫੈਨ ਫੋਟੋ ਜਿਨ੍ਹਾਂ ਦੀ ਆ ਬੈਨ, ਸਾਡੇ ਉੱਤੇ ਆ ਪ੍ਰਾਊਡ ਲੋਕੀ ਤਾਂ ਕਰਦੇ। ਮੈਂ ਕਦੇ ਅੱਜ ਤੱਕ ਬੋਲਿਆ ਨਹੀਂ, ਵੈਸੇ ਪਹਿਲੀ ਵਾਰੀ ਬੋਲਣ ਲੱਗਾ ਆ, ਸੋ ਫਤਿਹ ਪ੍ਰਵਾਨ ਕਰਨਾ। ਤੇ ਅੱਜ ਦਿਲ ਬਹੁਤ ਉਦਾਸ ਆ, ਦੀਪ ਸਿੱਧੂ ਜਿਹੜੇ ਇੱਕ ਨੌਜਵਾਨੀ ਨੂੰ ਨਵੀਂ ਸੇਧ ਦਿੰਦੇ ਸੀਗੇ, ਅੱਜ ਆਪਣੇ ਵਿੱਚ ਨਹੀਂ ਰਹੇ ਤੇ ਉਹ ਨੌਜਵਾਨਾਂ ਨੂੰ ਜਾਗਰੂਕ ਕਰਦੇ ਸੀਗੇ। ਅੱਜ ਮੈਂ ਲੈ ਕੇ ਲੈ ਗਿਆ, ਮੈਂ ਥੋੜ੍ਹਾ ਜਿਹਾ ਨੌਜਵਾਨਾਂ ਨੂੰ ਇੱਕ ਸੇਧ ਦਿੰਦੇ ਸੀ, ਜਾਗਰੂਕ ਕਰਦੇ ਸੀਗੇ। ਜਦੋਂ ਕੋਈ ਵੀ ਬੰਦਾ ਆਪਣੇ ਵਿੱਚ ਹੁੰਦਾ ਆ, ਆਪਾਂ ਉਹਦਾ ਸਾਥ ਨਹੀਂ ਦਿੰਦੇ, ਆਪਾਂ ਉਹਦੇ ਨਾਲ ਨਹੀਂ ਤੁਰਦੇ, ਤੇ ਬਾਅਦ ਦੇ ਵਿੱਚ ਜਦੋਂ ਉਹ ਚਲ ਜਾਂਦਾ ਆ ਤਾਂ ਆਪਾਂ ਪੋਸਟਾਂ ਪਾਉਂਦੇ ਆ, ਸਟੇਟਸ ਪਾਉਂਦੇ ਆ, ਸਟੋਰੀਆਂ ਦੇ ਵਿੱਚ ਰਹਿੰਦਾ ਆ। ਜਦੋਂ ਉਹੀ ਬੰਦਾ ਸਿਸਟਮ ਦੇ ਖਿਲਾਫ ਲੜਦਾ ਆ, ਆਪਾਂ ਉਹਦੇ ਨਾਲ ਸਾਥ ਨਹੀਂ ਦਿੰਦੇ। ਰੀਜ਼ਨ ਕੀ ਆ? ਨਾ ਉਹਦੇ ਨਾਲ ਨਾ ਖੜਦਾ, ਕਿਉਂਕਿ ਆਪਾਂ ਡਰਦੇ ਹਾਂ, ਆਪਾਂ ਗੁਲਾਮ ਆ ਸਰਕਾਰਾਂ ਦੇ, ਕਿਉਂਕਿ ਆਪਾਂ ਨੂੰ ਆਪਣੇ ਪ੍ਰਤੀ ਲਾਲਚ ਆ, ਕਿਉਂਕਿ ਹਰੇਕ ਬੰਦਾ ਇਹੀ ਸੋਚਦਾ ਜੇ ਮੈਂ ਸੱਚ ਬੋਲੂੰਗਾ ਕਿਤੇ ਮੇਰੇ ਤੇ ਪਰਚਾ ਨਾ ਪੈ ਜਾਵੇ, ਕਿਤੇ ਮੇਰਾ ਬਾਹਰ ਦਾ ਕੰਮ ਨਾ ਅੜ ਜਾਵੇ, ਕਿਤੇ ਮੈਂ ਇੰਡੀਆ ਨਾ ਰਹਿ ਜਾਵਾਂ, ਜਾਂ ਮੇਰਾ ਪਰਿਵਾਰ ਨਾ ਪਿੱਛੇ ਬਰਬਾਦ ਹੋ ਜਾਵੇ, ਮੇਰੀ ਫੈਮਿਲੀ ਨਾ ਬਰਬਾਦ ਹੋ ਜਾਵੇ। ਪਰ ਆਪਾਂ ਇੱਥੇ ਵੀ ਗੁਲਾਮ ਆ, ਆਪਾਂ ਉੱਥੇ ਵੀ ਗੁਲਾਮ ਆ, ਆਪਾਂ ਨੂੰ ਕਦੇ ਵੀ ਆਜ਼ਾਦੀ ਨਹੀਂ ਹੈਗੀ। ਆਪਾਂ ਚਾਹੁੰਦੇ ਹਾਂ ਕਿ ਭਗਤ ਸਿੰਘ ਜੰਮੇ ਜ਼ਰੂਰ, ਪਰ ਆਪਣੇ ਘਰੇ ਨਾ ਜੰਮੇ, ਗਵਾਂਢੀਆਂ ਦੇ ਘਰੇ ਜੰਮੇ, ਕਿਉਂਕਿ ਆਪਣੇ ਮੁੰਡੇ ਨੂੰ ਤਾਂ ਜ਼ਿੰਮੇਵਾਰੀਆਂ ਬਹੁਤ ਆ, ਕਿਉਂਕਿ ਉਹਨੇ ਹਾਲੇ ਬਾਹਰ ਜਾਣਾ, ਕੋਠੀ ਪਾਉਣੀ, ਗੱਡੀ ਲੈਣੀ ਆ, ਬਹੁਤ ਕੁਛ ਕਰਨਾ ਆ। ਇਹ ਕੰਮ ਸਾਰੀ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਰਹਿਣੇ ਆ, ਪਰ ਆਪਾਂ ਨੂੰ ਆਪਣੇ ਪੰਜਾਬ ਲਈ ਖੜਨਾ ਪੈਣਾ ਆ, ਆਪਣੇ ਹੱਕਾਂ ਲਈ ਖੜਨਾ ਪੈਣਾ ਆ। ਜੇ ਆਪਾਂ ਨਾ ਖੜੇ ਤਾਂ ਆਪਾਂ ਅੱਜ ਵੀ ਮਰੇ ਹਾਂ, ਆਪਾਂ ਕੱਲ੍ਹ ਵੀ ਮਰੇ ਹਾਂ। ਕੁਛ ਕੁ 50% ਯੂਥ ਪਹਿਲਾਂ ਹੀ ਬਾਹਰ ਜਾ ਚੁੱਕਾ ਆ, ਤੇ 50 ਨੇ ਫੇਰ ਚਲ ਜਾਣਾ ਆ, ਪੰਜਾਬ ਦੇ ਹੱਥ ਪੱਲੇ ਕੁਛ ਨਹੀਂ ਰਹਿਣਾ। ਸੋ ਮੇਰੇ ਖਿਆਲ ਦੇ ਨਾਲ ਆਪਾਂ ਆਪਣੇ ਪੰਜਾਬ ਦੇ ਲਈ ਖੜੀਏ, ਆਪਣੇ ਹੱਕ ਮੰਗੀਏ, ਜੋ ਵੀ ਆਪਣੇ ਹੱਕ ਆ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਮੰਗੀਏ, ਪੰਜਾਬ ਦਾ ਭਲਾ ਕਰੀਏ। ਤੇ ਇੰਨਾ ਕੀ ਕੁਛ ਕਹਿਣਾ ਚਾਹੁੰਦਾ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।